ਨਹੀਂ ਤਾਂ ਤੁਹਾਨੂੰ ਕੁਦਰਤੀ ਖੇਤੀ ਹੈ ਜਿਹੜੀ ਉਹ ਖਸਖਾਸ ਦੀ ਖੇਤੀ ਹੈ ਉਹ ਤੁਹਾਨੂੰ ਕਿਸਾਨਾਂ ਨੂੰ ਦੇਣੀ ਪਊਗੀ ਤੇ ਪੰਜਾਬ ਦੇ ਵਿੱਚ ਮੈਂ ਇਸ ਗੱਲ ਦਾਅਵੇ ਨਾਲ ਮੈਂ ਲਿਖ ਕੇ ਦੇ ਸਕਦਾ ਜਿਵੇਂ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀ ਵੀ ਇਹ ਦੋਨਾਂ ਸੀਟਾਂ ਤੋਂ ਚੰਨੀ ਹਾਰੂਗਾ ਮੈਂ ਲਿਖ ਕੇ ਦੇ ਸਕਦਾ ਜਿਹੜੀਆਂ ਤੁਸੀਂ ਸੁਣ ਰਹੇ ਹੋ ਵੀਡੀਓ ਮੇਰੇ ਵੀਰ ਨੌਜਵਾਨ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕੋਈ ਪੰਜਾਬ ਦਾ ਨੌਜਵਾਨ ਚਿੱਟੇ ਕੰਨੀ ਚਾਕੂਗਾ ਨਹੀਂ ਨਾ ਗੋਲੀਆਂ ਦਾ ਸੇਵਨ ਕਰੋ ਨਾ ਟੀਕੇ ਲਾਉ ਕਿਉਂ ਕਿ ਇਸ ਨਸ਼ੇ ਨਾਲ ਕੋਈ ਮਰਦਾ ਨਹੀਂ ਅੱਜ ਤੱਕ ਮੈਨੂੰ ਕੋਈ ਭੁੱਕੀ ਫੀਮ ਖਾਣ ਵਾਲਾ ਬੰਦਾ ਮਰਿਆ ਦਿਖਾ ਦਿਓ ਜਾਂ ਉਹਨੂੰ ਕੋਈ ਨੁਕਸ ਪਿਆ ਦਿਖਾ ਦਿਓ ਅੱਜ ਕਿਸੇ ਘਰ ਦੇ ਵਿੱਚ ਕਿਸੇ ਦਾ ਘਰ ਦੇ ਵਿੱਚ ਬਲੱਡ ਵਾਧਦਾ ਚਾਹੇ ਉਹ ਬੀਬੀ ਆ ਚਾਹੇ ਬਜ਼ੁਰਗ ਆ ਚਾਹੇ ਜਵਾਨ ਆ ਤੇ ਉਹਨੂੰ ਕੋਈ ਅਟੈਕ ਆ ਜਾਂਦਾ ਤੇ ਆਪਾਂ ਭੱਜ ਕੇ ਜਾਂਦੇ ਆ ਵੀ ਯਾਰ ਦੇਖੋ ਕੋਈ ਚਾਚਾ ਤਾਇਆ ਖਾਂਦਾ ਹੋਊ ਜਾਂ ਕੋਈ ਗਵਾਂਢੀ ਖਾਂਦਾ ਹੋਊ ਉਹ ਤੋਂ ਫੀਮ ਲੈ ਕੇ ਆਓ ਤੇ દવા-ਦਵਾ ਆਪਾਂ ਉਹਨੂੰ ਲਿਆ ਕੇ ਫੀਮ ਦੇ ਦਿੰਨੇ ਆ ਤੇ ਆਪਾਂ ਕਹਿ ਦਿੰਨੇ ਆ ਯਾਰ ਉਹਨੂੰ ਫੀਮ ਦਿੱਤੀ ਸੀ ਥੋੜੀ ਜੀ ਟੈਕ ਤਾਂ ਉਹਨੂੰ ਆਇਆ ਸੀ ਬੜਾ ਜ਼ਬਰਦਸਤ ਪਰ ਉਹ ਠੀਕ ਹੋ ਗਿਆ ਉਹਨੂੰ ਥੋੜੀ ਜੀ ਫੀਮ ਦੇ ਦਿੱਤੀ ਸੀ ਦੇਖੋ ਦਵਾਈ ਤੌਰ ਤੇ ਕੰਮ ਕਰ ਗਈ ਨਾ ਤੇ ਜਿਹੜੀ ਸ਼ਰਾਬ ਆ ਜਿਹਦਾ ਹੁਣ ਕੋਟਾ ਵਧਾਉਣ ਨੂੰ ਫਿਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਉਹਦੇ ਨਾਲ ਹਜ਼ਾਰਾਂ ਨੌਜਵਾਨ ਮੈਂ ਮਲਾ ਸਕਦਾ ਜਿਹੜਾ ਮਰਿਆ ਜਿਹੜਾ ਮੰਜਿਆਂ ਤੇ ਪਿਆ ਗੁਰਦਿਆਂ ਦੀ ਬਿਮਾਰੀ ਨਾਲ ਹਜ਼ਾਰਾਂ ਹੀ ਸਹਾਗਣਾ ਰੰਡੀਆਂ ਹੋਈਆਂ ਹਜ਼ਾਰਾਂ ਹੀ ਘਰ ਪੱਟੇ ਗਏ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਦੀਆਂ ਪ੍ਰਾਪਰਟੀਆਂ ਵੇਚਤੀਆਂ ਸ਼ਰਾਬ ਦੇ ਨਾਲ ਇਹਦੇ ਨਾਲ ਤਾਂ ਲੋਕ ਔਖੇ ਆ ਜਿਹੜਾ ਤੁਸੀਂ ਇਹਦੇ ਤੇ ਪਾਬੰਦੀ ਲਾਈ ਐ ਤੇ ਲੋਕ ਆ ਜਿਹੜੇ ਉਹ ਮਹਿੰਗਾ ਲੈ ਕੇ ਖਾ ਰਹੇ ਆ ਬੰਦ ਨਹੀਂ ਹੋਈ ਭੁੱਕੀ ਫੀਮ ਮਿਲਦੀ ਆ ਪਰ ਉਹ ਮਹਿੰਗੀ ਮਿਲਦੀ ਆ ਅੱਜ 4 ਤੋਂ 5000 ਰੁਪਏ ਨੂੰ ਕਿਲੋ ਆ ਜਿਹੜੀ ਉਹ ਭੁੱਕੀ ਮਿਲਦੀ ਆ ਕਿਉਂ ਹੁਣ ਹਾੜੀ ਦੀ ਬਾਢੀ ਆ ਗਈ ਆ ਕੁੱਲ ਜਿਹੜਾ ਗਰੀਬ ਐ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਉਹ ਕਣਕ ਦੀ ਹਾੜੀ ਵੱਡੂਗਾ ਤੇ ਇਹਨੂੰ ਖਾਊਗਾ ਮੈਲੋ ਫੀਮ ਵੀ ਨਹੀਂ ਹਟੀ ਫੀਮ ਵੀ ਮਿਲਦੀ ਆ ਪਰ ਉਹਦਾ ਰੇਟ ਵੀ ਤਾਂ 8-10000 ਰੁਪਇਆ ਜਿਹੜੀ ਨਾਰਮਲ ਆ ਜਿਹਦੇ ਵਿੱਚ ਟੰਕਾ ਲਾਇਆ ਆ ਆਪਾਂ ਕਹਿ ਦਿੰਨੇ ਆ ਉਹ 5-6000 ਨੂੰ ਆ ਜਿਹੜੀ ਵਧੀਆ ਤਰੀਕੇ ਦੀ ਜਿਹਨੇ ਕਿਸੇ ਨੇ ਕੋਈ ਵੀਰ ਖਾਨ ਦਾ ਲੈਂਦਾ ਤਾਂ 10000 ਤੋਂ ਘੱਟ ਨਹੀਂ ਮਿਲਦੀ ਤੇ ਜੇ ਇਹਨੂੰ ਤੁਸੀਂ ਚਿੱਟੇ ਨੂੰ ਬੰਦ ਕਰਨਾ ਤਾਂ ਪੰਜਾਬ ਦੇ ਵਿੱਚ ਤੁਰੰਤ ਹੁਣੇ ਖੇਤੀ ਦਾ ਐਲਾਨ ਕਰੋ ਆਉਂਦੀ ਾਰ ਨੂੰ ਇਹ ਖੇਤੀ ਹੋਊਗੀ ਤੇ ਨਾਲੇ ਤਾਂ ਪੰਜਾਬ ਦਾ ਖਜ਼ਾਨਾ ਭਰੂਗਾ ਦੁੱਗਣੀ ਆਮਦਨ ਹੋਊ ਉਨੀ ਤਾਂ ਸਾਨੂੰ ਸ਼ਰਾਬ ਚੋਂ ਆਮਦਨ ਨਹੀਂ ਹੋਣੀ ਤੇ ਜਿੰਨੀ ਛੋਟੀ ਇਹਦੇ ਚੋਂ ਆਮਦਨ ਹੋ ਜਾਣੀ ਆ ਤੇ ਛੋਟੀ ਸੈਂਟਰ ਸਰਕਾਰ ਨੇ ਵੀ ਰੀਸ ਨਹੀਂ ਕਰਨੀ ਐਨਾ ਵੱਡਾ ਬਜਟ ਹੋ ਜਾਣਾ ਪੰਜਾਬ ਗਵਰਨਮੈਂਟ ਦਾ ਦੂਜੀ ਗੱਲ ਦੁੱਧ ਤੋਤਾ ਕੋਈ ਨਹੀਂ 92 ਐਮਐਲਏ ਜਿੱਤੇ ਆ ਛੋਟੇ 92 ਦੇ ਵਿੱਚੋਂ 80 82 ਲਾਜ਼ਮੀ ਖਾਂਦੇ ਹੋਣਗੇ ਜਿਹਦੇ ਮੂਰੇ ਮਰਜ਼ੀ ਲਫਾਫਾ ਰੱਖ ਕੇ ਦੇਖ ਲਿਓ ਫੀਮ ਦਾ ਹਰ ਇੱਕ ਕਹੂਗਾ ਯਾਰ ਲਿਆ ਅੱਜ ਮੜਾ ਜਾਂ ਸਰੂਰਦੇਸ਼ ਵਿੱਚ ਰੱਖਾਂਗੇ ਲਿਆ ਖਾ ਕੇ ਦੇਖ ਲੈਣੇ ਤੇ ਸੀਐਮ ਸਾਹਿਬ ਤੁਸੀਂ ਤਾਂ ਸ਼ਾਮ ਨੂੰ ਜਿੰਨਾ ਮੇਰਾ ਗਲਾ ਸਾਫ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਤਾਂ ਖੁਦ ਆਪ दारू ਪੀਨੇ ਹੋ ਤੇ ਤੁਸੀਂ ਸੋਚ ਕੇ ਦੇਖ ਲਓ ਜੇ ਪੱਕੇ ਤੌਰ ਤੇ ਜਿੰਨਾਂ ਦੀ ਛਡੌਣ ਨੂੰ ਫਿਰਦੇ ਹੋ ਤੇ ਉਹਨਾਂ ਦਾ ਹਾਲਾਤ ਕੀ ਹੋਣਗੇ ਛੱਡੀ ਤਾਂ ਤੁਸੀਂ ਵੀ ਨਹੀਂ ਮਾਂ ਦੀ ਸੌਂ ਖਾਧੀ ਸੀ ਤੁਸੀਂ ਕਿਹੜਾ ਛੜਤੀ ਇਸ ਕਰਕੇ ਤੁਸੀਂ ਇਹ ਗਰੀਬਾਂ ਨੂੰ ਜਿਹੜੇ ਮਜ਼ਦੂਰ ਆ ਕਿਸਾਨ ਆ ਉਹਨਾਂ ਨੂੰ ਮਾਰੋ ਨਾ ਚਿੱਟਾ ਨਸ਼ਾ ਬਸ਼ੱਕ ਬੰਦ ਕਰੋ ਅਸੀਂ ਚਿੱਟੇ ਦੇ ਵਿਰੋਧੀ ਆ ਹਜ਼ਾਰਾਂ ਨੌਜਵਾਨ ਮੁੰਡਾ ਮਰ ਗਿਆ ਪਰ ਇਹਦੀ ਖੇਤੀ ਲਾਗੂ ਕਰੋ ਆ ਦੇਖ ਲੋ ਮੈਂ ਜਿਹੜੀ ਤੁਹਾਨੂੰ ਦਿਖਾਉਣ ਲਈ ਆ ਕੱਸੀ ਦੀ ਪੱਟੜੀ ਤੇ ਖੜਿਆ ਹਾਂ ਜ ਹੁਣ ਹਲਵਾਈ ਲੱਡੂ ਬਣਾਉਂਦਾ ਤੇ ਉਹ ਲੱਡੂ ਬਣਾਈ ਜਾਂਦਾ ਤੇ ਹਲਵਾਈ ਕਿੰਨਾ ਕਾ ਜਿਹੜਾ ਉਹਦੇ ਵਿੱਚੋਂ ਜੋਦਾ ਜੀ ਖਾ ਲੈਂਦਾ ਹਲਵਾਈ ਕਦੇ ਲੱਡੂ ਖਾਂਦਾ ਦੇਖਿਆ ਵਰਫੀ ਨਹੀਂ ਖਾਂਦਾ ਨਾ ਕਿਉਂਕਿ ਉਹਦੇ ਕੋਲੇ ਆਮ ਹੁੰਦੀ ਆ ਜਦੋਂ ਆਪਣੇ ਕੋਲੇ ਪੰਜਾਬ ਦੇ ਵਿੱਚ ਇਹ ਆਮ ਹੋਊਗੀ ਤੇ ਮੈਂ ਨਹੀਂ ਆਂਦਾ ਵੀ ਇਹ ਨੂੰ ਹਰ ਇੱਕ ਬੰਦਾ ਖਾਊਗਾ ਇਹ ਨੂੰ ਸਬਰ ਨਹੀਂ ਲੋਕਾਂ ਦਾ ਜਿਹੜਾ ਢੇਡਾ ਭਰਜਾ ਕਰੂਗਾ ਵੀ ਯਾਰ ਬਾਧੂ ਖੜਿਆ ਆ ਆ ਫੁੱਲ ਲੱਗੇ ਹੋਏ ਉਹਦੀ ਸਮੈਲ ਆ ਗਈ ਕਿਉਂ ਨਾ ਫੈਲੋ ਬੋਧ ਸੋਹਣੇ ਹੁੰਦੇ ਆ ਮਾਟੀ ਜੀ ਤੁਸੀਂ ਵੀ ਕੁਛ ਨਾ ਕੁਛ ਲਿਖੋ ਇਸ ਚੀਜ਼ ਦਾ ਆਪਾਂ ਮੰਗ ਕਰਦੇ ਆ ਗੁਰਪ੍ਰੀਤ ਸਿੰਘ ਜੈਲ ਸਾਹਿਬ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਹੜੇ ਨੌਜਵਾਨਾਂ ਨੂੰ ਜੀਬ ਵਾਲੀਆਂ ਗੋਲੀਆਂ ਮਿਲ ਰਹੀਆਂ ਹਸਪਤਾਲਾਂ ਚੋਂ ਬਾਦਲ ਕਿਆਂੀਆਂ ਤਾਂ ਉਹ ਫੈਕਟਰੀਆਂ ਸੀ ਉਸ ਤੋਂ ਬਾਅਦ ਉਹ ਕਾਂਗਰਸੀਆਂ ਨੇ ਲੈ ਲਈਆਂ ਜਿਹਦੇ ਇੱਕ ਬਿਨਾ ਉਹ ਜੀਬ ਨੂੰ ਲੱਗੀ ਉਹ ਚਿੱਟੇ ਦਾ ਦੂਜਾ ਰੂਪ ਆ ਉਹਨੂੰ ਛੱਡ ਨਹੀਂ ਸਕਦਾ ਉਹਦੇ ਨਾਲ ਬੱਚੇ ਨਵਰਦ ਵੀ ਹੋ ਰਹੇ ਆ ਉਹਨਾਂ ਦਾ ਬੱਚਾ ਉਹਨਾਂ ਦੇ ਪੈਦਾ ਨਹੀਂ ਹੋਣਾ ਸਿੰਘਣੀਆਂ ਦੇ ਮਾਫ ਕਰਨਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਬੇਬੀ ਸੈਂਟਰ ਖੁੱਲੇ ਹੋਏ ਆ ਉਹ ਜਿਹੜੇ ਬੇਬੀ ਸੈਂਟਰਾਂ ਦੇ ਟੀਕੇ ਲੱਗਦੇ ਆ ਉਹ ਸਾਨੂੰ ਪਤਾ ਹੀ ਨਹੀਂ ਉਹ ਨਸਲ ਕੀ ਦੀ ਐ ਇਸ ਕਰਕੇ ਸਾਡੀ ਜਿਹੜੀ ਨਸਲ ਕੁਸੀ ਕਰ ਰਹੇ ਆ ਜਦੋਂ ਉਹ ਨੌਜਵਾਨ ਅੱਜ ਗੋਲੀਆਂ ਲੈਣ ਲਈ ਜਾਂਦੇ ਆ ਹਸਪਤਾਲਾਂ ਦੇ ਵਿੱਚ ਪਹਿਲੀ ਵਾਰ ਤਾਂ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਉਹ ਗੁਲਾਮ ਬਣਾ ਕੇ ਉਹਨਾਂ ਨੂੰ ਡਾਕਟਰ ਖੜਾਉਂਦੇ ਆ ਉਹ بڑے ਬਜ਼ੁਰਗ ਮੈਂਤਾਂ ਤੜਲੇ ਕਰ ਰਹੇ ਹੁੰਦੇ ਆ ਛੋਟੀ ਛੋਟੀ ਉਮਰ ਦੇ ਬੱਚਿਆਂ ਦੇ ਜਿਹੜੇ 20 22 22 ਸਾਲ ਦੇ ਬੱਚੇ ਉੱਥੇ ਮੁਲਾਜ਼ਮ ਬੈਠੇ ਹੁੰਦੇ ਆ ਉਹਨੂੰ ਪੁੱਤ ਕਹਿ ਕੇ ਬੇਟਾ ਕਹਿ ਕੇ ਸਰ ਕਹਿ ਕੇ ਉਹ ਉਹਨਾਂ ਤੋਂ ਲੈਂਦੇ ਆ ਪਰ ਉਹਨਾਂ ਨੂੰ ਜਲੀਲ ਕਰ ਕਰਕੇ ਦਿੰਦੇ ਆ ਤੇ ਜਦੋਂ ਇਹ ਕਾਰਡਾਂ ਤੇ ਫੀਮ ਤੇ ਭੁੱਕੀ ਮਿਲੂਗੀ ਉਹ ਇੱਕ ਦਿਨ ਦੀ ਭੱਜ ਕੇ ਜਾ ਕੇ ਲਿਆਇਆ ਕਰਨਗੇ ਤੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀਂ ਕਰਦੀ ਤੇ ਸੋਨੂੰ ਮੈਨੂੰ ਲੱਗਦਾ ਕੋਈ ਬਾਹਲਾ ਸਰਵਾ ਕਰਵਾਉਣ ਦੀ ਵੀ ਲੋੜ ਨਹੀਂ ਸੀ ਐਮ ਸਾਹਿਬ ਕਿਉਂਕਿ ਸਰਵਾ ਦਾ ਆਲਰੇਡੀ ਹੋ ਚੁੱਕਿਆ ਜੇ ਤੁਹਾਨੂੰ ਕਿਤੇ ਲੋਡ ਪਈ ਤਾਂ ਸਾਨੂੰ ਦੱਸ ਦਿਓ ਕਿਉਂਕਿ ਜੇ ਅਸੀਂ 2017 ਦੇ ਇਹ ਜੰਗ ਹੈ ਜਿਹੜੀ ਲੜ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਵਾਲੀ ਜਿਹੜੀ ਔਨਤ ਕਿਸਾਨ ਵੈਲਫੇਅਰ ਸੋਸਾਇਟੀ ਅਸੀਂ ਰਜਿਸਟਰ ਕਰਵਾਈ ਸੀ ਡਾਕਟਰ ਧਰਮਵੀਰ ਗਾਂਧੀ ਜੀ ਨਾਲ ਅਸੀਂ ਇਹ ਸਾਰੇ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਕਰੀਆਂ ਜਿਹਦੇ ਚੋਂ ਨਮਜੋਦ ਸਿੰਘ ਸਿੱਧੂ ਵੀ ਹੱਕ ਚ ਆ ਗਿਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਤੁਹਾਡੀ ਜੈਜ ਮੰਗਾ ਸੁਖਦੇਵ ਸਿੰਘ ਢੀਨਸਾ ਸਾਹਿਬ ਨੇ ਵੀ ਕਿਹਾ ਇਹਦੇ ਵਿੱਚੋਂ ਸਕਪਾਲ ਸਿੰਘ ਖੈਰਾ ਪਹਿਲਾਂ ਆਪਣਾ ਵਿਰੋਧ ਕਰਦਾ ਸੀ ਖੈਰਾ ਸਾਹਿਬ ਨੇ ਵੀ ਇਹ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਵੀ ਸੋਡੀ ਜਾਇਜ਼ ਮੰਗਾ ਅੱਜ ਸਾਰੇ ਇਹ ਜਿਹੜੇ ਲੀਡਰ ਹੈ ਠੀਕ ਆ ਉਹ ਜੀਬ ਦੱਬਿਆਂ ਬੋਲਦੇ ਆ ਮੂੰਹ ਦੇ ਵਿੱਚ ਘੁੰਮਣੀਆਂ ਪੰਨੀਆਂ ਹੋਈਆਂ ਪਰ ਮੰਗਦੇ ਸਾਰੇ ਆ ਇਹ ਨਹੀਂ ਹੈਗਾ ਵੀ ਕਿਹੜਾ ਲੀਡਰ ਹੈ ਇਹਦਾ ਵਿਰੋਧ ਕਰਦਾ ਹੋ ਅੰਦਰੇ ਅੰਦਰ ਸਾਰੇ ਖੁਸ਼ ਹੈ ਉਹਨਾਂ ਨੂੰ ਵੀ ਪਤਾ ਵੀ ਸਾਡੇ ਪੰਜਾਬ ਦੀ ਨੌਜਵਾਨੀ ਬਾਜੂ ਨੱਚਣਾ ਤਾਂ ਚਾਹੁੰਦੇ ਆ ਘੁੰਡ ਕਰਕੇ ਨੱਚਦੇ ਆ ਚਾਂਦਰਾ ਬੰਨ ਕੇ ਜੇ ਨੱਚਣਾ ਤਾਂ ਘੁੰਡ ਲਾ ਕੇ ਨੱਚਣਾ ਪਊਗਾ ਤੇ ਉਹ ਸਾਰੇ ਕਹਿਣ ਤੇ ਇਹਦੀ ਜਲਦ ਤੋਂ ਜਲ ਦੇ ਨੌਜਵਾਨਾਂ ਨੂੰ ਕਾਰਡ ਬਣਾ ਕੇ ਦਿਓ ਮੈਂ ਲਿਖ ਕੇ ਦਿੰਦਾ ਕੋਈ ਨੌਜਵਾਨ ਮਰ ਜੇ ਜਾਂ ਨੌਜਵਾਨ ਕੋਈ ਖੁਦ ਖੁਸ਼ੀ ਕਰ ਜੇ ਜਦੋਂ ਇਹ ਉਹਨਾਂ ਨੂੰ ਬਦਲ ਮਿਲ ਗਿਆ ਚਿੱਟੇ ਦਾ ਤੇ ਬਿਲਕੁਲ ਖਤਮ ਹੋ ਜਾਊਗਾ ਪੰਜਾਬ ਦੇ ਵਿੱਚੋਂ ਚਿੱਟਾ ਨਹੀਂ ਜਿੰਨਾ ਮਰਜੀ ਡਰਾਮੇਬਾਜ਼ੀ ਕਰ ਲੋ ਜਿੰਨਾ ਮਰਜੀ ਬਲੈਕੀਆਂ ਨੂੰ ਫੜ ਲੋ ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਉਹ ਬੰਦ ਨਹੀਂ ਹੋਣਾ ਇਹ ਗੱਲ ਅਸੀਂ ਦਾਅਵੇ ਨਾ ਕਹਿੰਨੇ ਆ हां ਜਦੋਂ ਇੱਕ ਕੋੜੀ ਨੂੰ ਕੋੜ ਹੋਇਆ ਹੁੰਦਾ ਤੇ ਜਦੋਂ ਉਹਦੇ ਤੇ ਮੱਖੀਆਂ ਬੈਠੀਆਂ ਹੁੰਦੀਆਂ ਜਿਹੜੀਆਂ ਪ੍ਰਾਣੀਆਂ ਮੱਖੀਆਂ ਉਹਨਾਂ ਨੂੰ ਠਾਦ ਗਏ ਨਾ ਤੇ ਜਦੋਂ ਨਵੀਆਂ ਆ ਕੇ ਬੈੰਧੀਆਂ ਤੇ ਕੋੜੀ ਦਾ ਡਾਟ ਪਵਾ ਦਿੰਦੀਆਂ ਠੀਕ ਹੈ ਤੁਸੀਂ ਹਲੇ ਨਵੇਂ-ਨਵੇਂ ਸਰਕਾਰ ਦੇ ਵਿੱਚ ਆਏ ਹੋ ਤੇ ਜਿਹੜੇ ਭਾਈ ਕਲਤਾਰ ਸਿੰਘ ਹੋਣੀ ਆ ਉਹ ਤਾਂ ਹਲੇ ਗਊਸ਼ਾਲਾ ਦਾ ਵਿੱਚ ਆਸ਼ੀਰਵਾਦੀ ਗਊਆਂ ਦਾ ਲੈ ਰਹੇ ਆ ਤੇ ਕੋਈ ਕੁਛ ਕਰ ਰਿਹਾ ਪੰਜਾਬ ਦੇ ਵਿੱਚ ਤੇ ਜੇਲ੍ਹ ਮੰਤਰੀ ਕਹਿ ਰਿਹਾ ਮੈਂ ਮੋਬਾਈਲ ਨਹੀਂ ਚੱਲਣ ਦੇਣੀ ਮੈਂ ਕਿਸੇ ਨੂੰ ਵੀ ਆਈਪੀ ਸਹਾਇਤਾ ਨਹੀਂ ਹੋਣ ਦੇਣੀ ਜੇਲ੍ਹਾਂ ਦੇ ਵਿੱਚੋਂ ਹੋਣੀ ਵੀ ਚਾਹੀਦੀ ਆ ਕਿਉਂਕਿ ਗੈਂਸਟਰ ਬਹੁਤ ਬਣਾਏ ਆ ਲੀਡਰਾਂ ਨੇ ਨੌਜਵਾਨਾਂ ਨੂੰ ਤੇ ਜੇ ਨਸ਼ਾ ਬੰਦ ਕਰਨਾ ਤੇ ਜੇਲ੍ਹਾਂ ਜਿਹੜੀਆਂ ਭਰੀਆਂ ਵੀਆਂ ਉਹ ਬੇਲੀਆਂ ਕਰਨੀਆਂ ਉਹ ਬੇਲੀਆਂ ਇਸ ਇਸ ਤਰ੍ਹਾਂ ਹੀ ਹੋਣਗੀਆਂ ਜਦੋਂ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਆਊਗੀ ਨਹੀਂ ਉਨਾ ਚਿਰ ਇਹ ਜੇਲ੍ਹਾਂ ਜਿਹੜੀਆਂ ਐਂ ਭਰਦੀਆਂ ਰਹਿਣਗੀਆਂ ਇਸ ਤਰ੍ਹਾਂ ਹੀ ਮੁੰਡੇ ਅਪਰਾਧ ਕਰਦੇ ਰਹਿਣਗੇ ਕਿਉਂਕਿ ਨਸ਼ਾ ਲੈਣ ਲਈ ਅਪਰਾਧ ਕਰਦੇ ਆ ਉਹ ਬਿਮਾਰ ਨੇ ਅਪਰਾਧੀ ਨਹੀਂ ਬਿਮਾਰ ਇਸ ਕਰਕੇ ਨੇ ਉਹਨਾਂ ਨੂੰ ਪਹਿਲਾ ਨਸ਼ੇ ਦੀ ਲਤ ਲਾ ਦਿੱਤੀ 2009 ਦੇ ਵਿੱਚ ਇਹ ਚਿੱਟਾ ਨਸ਼ਾ ਆਇਆ ਸੀ ਨਾਮਰਾਦ ਤੇ ਜਦੋਂ ਪਹਿਲਾ ਲੱਗ ਕੇ ਉਹਨਾਂ ਦੇ ਬਲੱਡ ਤੇ ਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਲਤ ਪੈ ਗਈ ਉਹਨੂੰ ਹਸਲ ਕਰਨ ਲਈ ਉਹ ਮਾਪਿਓ ਨੂੰ ਕੁੱਟਦੇ ਆ ਪਤਨੀ ਨੂੰ ਕੁੱਟਦੇ ਆ ਆਪਦੇ ਪਰਿਵਾਰ ਦੀ ਕੁੱਟਮਾਰ ਕਰਦੇ ਆ ਗਮੰਡੀਆਂ ਦੀ ਕਰਦੇ ਆ ਉਹ ਫੇਰ ਇਸ ਚੀਜ਼ ਨੂੰ ਲੈਂਦੇ ਆ ਤੇ ਜਦੋਂ ਉਹਨਾਂ ਨੂੰ ਇਹ ਪੂਰਤੀ ਪੂਰੀ ਹੋ ਗਈ ਉਹਨਾਂ ਨੇ ਕੋਈ ਅਪਰਾਧ ਵੀ ਨਹੀਂ ਕਰਨਾ ਵਧੀਆ ਕੰਮ ਕਰਨਗੇ ਤੇ ਵਧੀਆ ਜਦੋਂ ਉਹਨਾਂ ਦੀ ਨਸ਼ੇ ਦੀ ਪੂਰਤੀ ਹੈ ਜਿਹੜੀ ਉਹ ਇਹਨਾਂ ਨੂੰ ਮਿਲੂਗੀ ਜਿਹਦੇ ਨਾਲ ਕੋਈ ਲਤ ਗੋਡਾ ਵੀ ਨਹੀਂ ਤਖਦਾ ਕਿਸੇ ਨੂੰ ਤਰੰਗ ਵੀ ਨਹੀਂ ਹੁੰਦਾ ਤੇ ਉਹ ਕੰਮ ਵੀ ਕਰਦਾ ਤੇ ਉਹਦਾ ਸੁਭਾਅ ਜਿਹੜਾ ਚੜਚੜਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਸੁਭਾਅ ਚੜਚੜਾ ਕਰਕੇ ਅਪਰਾਧ ਕਰਦੇ ਆ ਜੇਲ੍ਹਾਂ ਸੋਡੀਆਂ ਬੇਲੀਆਂ ਹੋ ਜਾਣਗੀਆਂ ਇਸ ਗੱਲ ਦੀ ਵੀ ਮੈਂ ਗਾਰੰਟੀ ਦਿੰਦਾ ਜਿਵੇਂ ਆਮ ਆਦਮੀ ਪਾਲਟ ਲਿਓ ਤੁਸੀਂ ਗਾਰੰਟੀਆਂ ਦਿੰਨੇ ਹੋ ਨਾ ਹਰ ਚੀਜ਼ ਦੀਆਂ ਕਦੇ ਬਿਜਲੀ ਦੀ ਗਾਰੰਟੀ ਕਦੇ 1000 ਰੁਪਏ ਦੀ ਗਾਰੰਟੀ ਮੈਂ ਗਾਰੰਟੀ ਦਿੰਦਾ ਤੁਹਾਨੂੰ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਉਹ ਬੇਲੀਆਂ ਹੋਣਗੀਆਂ ਤੇ ਕੋਈ ਵੀ ਨੌਜਵਾਨ ਚਿੱਟੇ ਤੇ ਲੱਗ ਕੇ ਉਹ ਖੁਦ ਖੁਸ਼ੀ ਨਹੀਂ ਕਰੂਗਾ ਇਸ ਗੱਲ ਦੀ ਸਾਡੀ ਗਰੰਟੀ ਹੈ ਇਸ ਕਰਕੇ ਮੈਂ ਉਨਤ ਕਿਸਾਨ ਵੈਲਫੇਅਰ ਸੈਟੀ ਵੱਲੋਂ ਸਾਰੀ ਸਾਡੀ ਟੀਮ ਵੱਲੋਂ ਇਹ ਚੀਜ਼ ਦੀ ਮੰਗ ਕਰਦੇ ਆ ਕਿਉਂਕਿ ਸਾਡੀਆਂ ਬਹੁਤ ਸੈਟੀਆਂ ਬਣੀਆਂ ਹੋਈਆਂ ਨੌਜਵਾਨ ਜਿਹੜੇ ਲਗਾਤਾਰ ਕੰਮ ਕਰ ਰਹੇ ਆ ਪਿੱਛੇ ਜੇ ਵੀ ਦੋ ਤਿੰਨ ਕੱਟ ਕੀਤੇ ਆ ਬਾਬਾ ਗੁਰਵਿੰਦਰ ਸਿੰਘ ਆ ਗਏ ਨੇ ਜੱਗਾ ਸਿੰਘ ਆ ਗਏ ਨੇ ਤੇ ਜਿਹੜੇ ਸਾਡੇ ਹੋਰ ਆਗੂ ਆ ਸਾਰਿਆਂ ਨੇ ਤੇ ਚੰਨੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਵੀ ਭਰੋਸਾ ਦਵਾਇਆ ਸੀ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਜ਼ਰੂਰ ਇਹਦੇ ਤੇ ਗੌਰ ਕਰਾਂਗੇ ਹੁਣ ਸਰਕਾਰ ਸੋਡੀ ਆਈ ਆ ਤੇ ਇਹਦੇ ਤੇ ਗੌਰ ਕਰੋ ਆ ਮੈਂ ਜਿਹੜੀ ਚੀਜ਼ ਤੁਹਾਨੂੰ ਸ਼ੁਰੂ ਚ ਦਿਖਾਈ ਸੀ ਬਾਧੂ ਖੜਾ ਇਹ ਧਰਤੀ ਦਾ ਪੁੱਤਰ ਆ ਜਿਹੜਾ ਸੋਕਨੰਧਾਨ ਤੇ ਇਹ ਵੀ ਇੱਕ ਧਰਤੀ ਦਾ ਬੀਜ ਹੈ ਜਦੋਂ ਇਹਨੂੰ ਖਸ ਖਸ ਨੂੰ ਜਾਨਵਰ ਖਾ ਲੈਂਦਾ ਜਿੱਥੇ ਬੈਠ ਕਰਦਾ ਬੋਰ ਡੰਗੂ ਉਥੇ ਹੀ ਹਰੀ ਹੋ ਜਾਂਦੀ ਹੈ ਤੇ ਇਹਨੂੰ ਲਾਗੂ ਕਰੋ ਇਹਦੇ ਨਾਲ ਨੌਜਵਾਨੀ ਵੀ ਬਚੂਗੀ ਕਿਸਾਨੀ ਵੀ ਬਚੂਗੀ ਕਿਸਾਨੀ ਕਿਉਂ ਬਚੂਗੀ ਕਿਉਂਕਿ ਮਹਿੰਗੀ ਖੇਤੀ ਸਾਡੇ ਕੋਲੇ ਹਜੇ ਤੱਕ ਕੋਈ ਹੈ ਨਹੀਂ ਇਹਦਾ ਬਦਲ ਇਹ ਕਣਕ ਦਾ ਬਦਲ ਹੈ ਝੋਨੇ ਦਾ ਬਦਲ ਅਸੀਂ ਕੋਈ ਹੋਰ ਖੇਤੀ ਬੀਜਾਂਗੇ ਇਸ ਕਰਕੇ ਇਹਨੂੰ ਜਲਦ ਤੋਂ ਜਲਦ ਲਾਗੂ ਕਰੋ ਨੌਜਵਾਨ ਜਿਹੜੇ ਹਸਪਤਾਲਾਂ ਚੋਂ ਦਵਾਈ ਲੈਂਦੇ ਆ ਉਹਨਾਂ ਦੇ ਕਾਰਡ ਬਣਾਓ ਇਨੀਆਂ ਕੁ ਕੁਝ ਬੇਨਤੀਆਂ ਕਰਦਾ ਹੋਇਆ ਮੈਂ ਖੇਮਾ ਜਾਚਨਾ ਮੰਗਦਾ ਜੀ ਫਤੇ ਬੁਲਾਉਣਾ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਆਓ ਸਾਰੇ ਜਾਨੇ ਫਤੇ ਦਾ ਜਵਾਬ ਫਤੇ ਚ ਦਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ